ਸਤਿ ਸ਼੍ਰੀ ਅਕਾਲ ਜੀ। ਇਹੋ ਜੀ ਅਸੀਂ ਮਤਲਬ ਜੋ ਵੀ ਬੈਨੀਪਾਲ ਹਸਪਤਾਲ ਦੇ ਵਿੱਚ ਜੁੜੇ ਜੀ, ਉਦੋਂ ਪਹਿਲਾਂ ਮਤਲਬ ਇਹਨਾਂ ਨੂੰ ਨਾ ਮਤਲਬ ਨੱਕ ਦੇ ਵਿੱਚੋਂ ਬਰੀਡਿੰਗ ਆਈ ਜੀ। ਬਰੀਡਿੰਗ ਤੋਂ ਬਾਅਦ ਅਸੀਂ ਮਤਲਬ ਮੇਰੇ ਰਿਸ਼ਤੇਦਾਰ ਜੀ ਇੱਥੇ ਆਪਣਾ ਪ੍ਰੀਤਿੰਦਰ ਡਾਕਟਰ ਜੀ, ਉਹ ਕਹਿੰਦੇ ਜੀ ਤੁਸੀਂ ਮਸੜ ਜੀ ਇੱਥੇ ਲੈ ਕੇ ਆਓ ਮਾਸੀ ਜੀ ਨੂੰ। ਅਸੀਂ ਇੱਥੇ ਲੈ ਕੇ ਆਈ, ਡਾਕਟਰ ਸਾਹਿਬ ਬਾਟ ਨੇ ਇਹਨਾਂ ਦਾ ਮਤਲਬ ਟ੍ਰੀਟਮੈਂਟ ਸ਼ੁਰੂ ਕੀਤੇ ਜੀ, ਅਤੇ ਉਹ ਬਰੀਡਿੰਗ ਜਮ੍ਹਾਂ ਨੋਰਮਲ ਹੋ ਗਈ। ਦੋ ਤਿੰਨ ਵਾਰੀ ਦਵਾਈ ਲਈ ਜੀ, ਉਸ ਤੋਂ ਬਾਅਦ ਅਸੀਂ ਬਾਹਰ ਚੱਲੇ ਗਏ ਜੀ। ਬਾਹਰ ਜਾ ਕੇ ਫਿਰ ਉਸ ਤੋਂ ਬਾਅਦ ਦਵਾਈ ਲਈ ਨਾ ਗਈ ਸਾਥੋਂ, ਫਿਰ ਇਹਨਾਂ ਦਾ ਬੀ ਪੀ ਕਸਟਰਾਇਲ ਮਤਲਬ ਫਿਰ ਪ੍ਰੋਬਲਮ ਆ ਗਈ ਜੀ ਇਹਨਾਂ ਨੂੰ। ਹੁਣ ਅਸੀਂ ਡਾਕਟਰ ਸਾਹਿਬ ਕੋਲ ਮਤਲਬ ਬੇਟੇ ਦੇ ਕਹਿਣ 'ਤੇ ਦੁਬਾਰਾ ਆਏ ਜੀ, ਅਤੇ ਉਹਨਾਂ ਨੇ ਮਤਲਬ ਦਵਾਈ ਹੁਣ ਸਾਨੂੰ ਪਹਿਲਾਂ 15 ਦਿਨ ਦੀ ਦਿੱਤੀ ਜੀ। 15 ਦਿਨਾਂ ਦੇ ਵਿੱਚ ਇਹਨਾਂ ਦਾ ਬੀ ਪੀ ਕਸਟਰਾਇਲ ਜੋ ਵੀ ਅੱਜ ਟੈਸਟ ਹੋਏ ਆ ਜੀ, ਸਾਰੇ ਨੋਰਮਲ ਆਏ ਆ ਜੀ। ਅਤੇ ਅੱਜ ਅਸੀਂ ਦੁਬਾਰਾ ਦਵਾਈ ਮਤਲਬ ਡਾਕਟਰ ਸਾਹਿਬ ਤੋਂ ਫਿਰ ਲੈ ਕੇ ਜਾਂਦੇ ਹਾਂ ਜੀ, ਵੀ ਇਸ ਕਰਕੇ ਡਾਕਟਰ ਸਾਹਿਬ ਬਾਟ ਨੇ ਸਾਡਾ ਮਰੀਜ਼ ਜਮ੍ਹਾਂ ਇੰਡੀਪੈਂਡੈਂਸ ਸਹੀ ਕਰਤਾ ਜੀ, ਸੈੱਟ ਕਰਤਾ। ਸਟਾਫ ਸਾਰਾ ਬਹੁਤ ਵਧੀਆ ਜੀ, ਰਿਸੈਪਸ਼ਨ ਦੇ ਉੱਤੇ ਵੀ ਦਵਾਈ ਦੀ ਪਰਚੀ ਲਈ ਦੀ ਆ ਜੀ, ਵਧੀਆ ਮਤਲਬ ਪਰਚੀ ਦਾ ਵੀ ਬਹੁਤ ਵਧੀਆ ਤਰੀਕਾ ਜੀ, ਅਤੇ ਦਵਾਈ ਦਾ ਵੀ, ਮੈਡੀਸਨ ਵੀ, ਮੈਡੀਕਲ ਵੀ ਜੋ ਵਿੱਚ ਆ ਜੀ, ਸਾਰਾ ਮਤਲਬ ਬਹੁਤ ਗੌਰ ਨਾਲ ਬਹੁਤ ਧਿਆਨ ਨਾਲ ਦਵਾਈ ਦੇ ਰਿਹਾ ਜੀ। ਅਤੇ ਬਾਕੀ ਮੈਂ ਉਹਨਾਂ ਨੂੰ ਬੋਲਿਆ ਵੀ ਮੈਂ ਜੀ ਅਸੀਂ ਥੋੜ੍ਹੀ ਜਿਹੀ ਇੰਗਲਿਸ਼ ਨਹੀਂ ਜਾਣਦੇ, ਵੀ ਸਾਨੂੰ ਪੰਜਾਬੀ 'ਚ ਲਿਖ ਕੇ ਦਿਓ ਜੀ, ਅਤੇ ਉਹ ਮਤਲਬ ਬੇਟੀ ਨੇ ਸਾਨੂੰ ਪੰਜਾਬੀ ਦੇ ਵਿੱਚ ਵੀ ਦਵਾਈ ਸਾਰੀ ਸਮਝਾਈ ਜੀ। ਮੈਂ ਡਾਕਟਰ ਯਾਦੁਰਿੰਦਰ ਸਿੰਘ, ਕੰਸਲਟੈਂਟ ਮਨੀਪਾਲ ਹੋਸਪਿਟਲ ਪਟਿਆਲਾ। ਇਹ ਪੇਸ਼ੈਂਟ ਮੇਰੇ ਕੋਲ ਪਿਛਲੇ ਕੁਛ ਸਾਲਾਂ ਤੋਂ ਆ ਰਹੇ ਹਨ, ਵਿੱਚੋਂ ਇਹਨਾਂ ਨੇ ਆਉਣਾ ਵੀ ਛੱਡ ਦਿੱਤਾ ਸੀਗਾ। ਇਹਨਾਂ ਨੂੰ ਮੇਨਲੀ ਡਾਇਬਟੀਜ਼ ਅਤੇ ਬਲੱਡ ਪ੍ਰੈਸ਼ਰ ਪਲੱਸ ਕੋਲੈਸਟਰੋਲ ਦੀ ਪ੍ਰੋਬਲਮ ਸੀਗੀ, ਡਿਸਲਿਪਿਡਮੀਆ ਜਿਹਨੂੰ ਕਹਿੰਦੇ ਆ। ਅਤੇ ਇਹ ਤਿੰਨ ਬਿਮਾਰੀਆਂ ਇਹੋ ਜਿਹੀਆਂ ਹੈ ਕਿ ਜਿਨ੍ਹਾਂ ਦੇ ਵਿੱਚ ਤਕਰੀਬਨ ਲਾਈਫ ਲੌਂਗ ਟ੍ਰੀਟਮੈਂਟ ਚਾਹੀਦਾ ਹੁੰਦਾ, ਪੇਸ਼ੈਂਟ ਨੂੰ ਰੈਗੂਲਰ ਡਾਕਟਰ ਦੇ ਨਾਲ ਫੋਲੋਅਪ ਕਰਨਾ ਚਾਹੀਦਾ, ਫੋਲੋਅਪ ਨਹੀਂ ਛੱਡਣਾ ਚਾਹੀਦਾ ਡਾਇਬਟੀਜ਼ ਦੇ ਵਿੱਚ, ਅਤੇ ਪਲੱਸ ਹਾਈਪਰਟੈਂਸ਼ਨ, ਕੋਲੈਸਟਰੋਲ, ਇਹੋ ਜਿਹੀਆਂ ਪ੍ਰੋਬਲਮਸ ਹੈ ਕਿ ਜੇ ਇਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਨਾ ਕੀਤਾ ਜਾਵੇ, ਇਹਨਾਂ ਦੇ ਵਿੱਚ ਰੈਗੂਲਰ ਫੋਲੋਅਪ ਨਾ ਕੀਤਾ ਜਾਵੇ, ਤਾਂ ਇਹਨਾਂ ਤੋਂ ਕਈ ਹੋਰ ਵੱਡੀਆਂ ਬਿਮਾਰੀਆਂ ਬਣ ਸਕਦੀਆਂ, ਜਿਵੇਂ ਕਿ ਹਾਰਟ ਡਿਜ਼ੀਜ਼, ਕਿਡਨੀ ਡਿਜ਼ੀਜ਼ ਹੋ ਸਕਦਾ ਹੈ, ਅੱਖਾਂ ਦੀ ਬਿਮਾਰੀ ਹੋ ਸਕਦੀ ਹੈ। ਇੱਕ ਜੇ ਇੱਕ ਵਾਰੀ ਅੱਖਾਂ ਦੀ, ਹਾਰਟ ਦੀ ਪ੍ਰੋਬਲਮ ਹੋ ਗਈ ਤਾਂ ਉਹ ਵਾਪਸ ਨਹੀਂ ਕੀਤੀ ਜਾ ਸਕਦੀ। ਜੇ ਉਸ ਤੋਂ ਬਾਅਦ ਸ਼ੂਗਰ, ਬਲੱਡ ਪ੍ਰੈਸ਼ਰ ਕੰਟਰੋਲ ਕਰ ਵੀ ਲਵਾਂਗੇ ਤਾਂ ਇਹ ਪ੍ਰੋਬਲਮ ਸੋਲਵ ਨਹੀਂ ਹੋਣਗੀਆਂ। ਇਸ ਕਰਕੇ ਡਾਇਬਟੀਜ਼ ਅਤੇ ਬਲੱਡ ਪ੍ਰੈਸ਼ਰ ਦੇ ਪੇਸ਼ੈਂਟਸ ਨੂੰ ਰੈਗੂਲਰਲੀ ਡਾਕਟਰ ਦੇ ਨਾਲ ਵਿਜ਼ਿਟ ਕਰਦੇ ਰਹਿਣਾ ਚਾਹੀਦਾ ਹੈ, ਅਤੇ ਇਹਨਾਂ ਚੀਜ਼ਾਂ ਨੂੰ ਬਿਲਕੁਲ ਕੰਟਰੋਲ ਦੇ ਵਿੱਚ ਰੱਖਣਾ ਚਾਹੀਦਾ ਹੈ।